Bismillahirrahmanirrahim. میرے انتہائی واجب الاحترام بزرگوں، بھائیوں، دوستوں، میرے دائیں اطراف، بائیں اطراف، سامنے دور تک کھڑے احباب، السلام علیکم. بیٹھو بھائی بیٹھو. میرے بھائی، میرے دوست، میرے محسن، جنہ آج دے جلسے دا اہتمام کیتا ہے، جس خوبصورت انداز نال، جس پرجوش طریقے نال، اور تساں میرے سارے ساتھیاں نے جو پیار اور محبت میرے اتنے نچھاور کیتا ہے، شہر میں تا حیات دا بدلہ نہ اتار سکا. میرے بھائیوں، الیکشن شروع ہو چکا ہے، لوگ مختلف لوگ جڑے شاید توانو پانچ سات سات سال ایک جھلک نہیں دکھا سکے، انہوں نے صورت نو اسی ترستے ہی رہے ہیں، آج آ گئے ہیں سارے ہمدرد بن کے، جو کہ انہوں نے ضرورت کا وقت آ گیا ہے نا، ادو ساری ضرورت سی، ادو نہیں نظر آئے، آج چونکہ انہوں نے ضرورت ہے. لہذا میرے بھائیوں، تسی بڑے باشعور ہو، بڑے سمجھدار ہو، بڑے محبت کرن والے ہو، میں تانوں سمجھاواں بھی صحیح، دساں بھی صحیح، تو تسی یہ ساری چیزاں خود سمجھتے ہو. ساڈے بڑے لوکاں نے کیوں سیاست کی، سیاست کرن دا مطلب کی ہے؟ میرے بھائیو، توجہ ہے نا میرے یار، گرمی ہے، مینوں احساس ہے، میں بھی بغیر پکھے دے کھڑوتا، میں بھی تہاڈے نال الحمدللہ گرمی چ کھڑوتا، تہاڈے تو باہر نہیں ہاں، اور الحمدللہ کدی بھی تہاڈے تو باہر نہیں ہوندا. میرے بھائیوں، اسی سیاست کیوں شروع کی تھی؟ ساڈے وسائل نہیں سن، ساڈے کول پیسے نہیں سن، ساڈے کول ایڈی وڈی جاگیر بھی کوئی نہیں سی، اسی تے بڑی صاف ستھری ایمانداری دی نوکری کیتی ہے، کیتی ہے نہیں کیتی؟ ساڈا سیاست آمن دا صرف ایک مقصد سی، جڑے تسی ساڈے دوست ہو، ساڈے طبقے دے لوگ ہو، ساڈی سطح دے لوگ ہو، تے جڑے روایتی سیاستدان آندے نے، الیکشن لڑدے نے، ووٹ لے کے چلے جاندے نے، میں جتھے جانا میرے تو ایکو گل میں سارے لوگ کردے نے، میں 100 بندے نوں ملیا، 95 بندے نے مینوں ایک گل کیتی ہے کہ ساڈی سنجاب رکھیا ہے، میں جتھے جانا مینو آدھے نے ساڈی سنجاب رکھیا ہے. میرے بھائیو، او جاگیردار، او وڈیرا، او سرمایہ دار، او تہاڈی میری سنجاب رکھے گا؟ کدی بھی نہیں. او تا اپنے سرمایہ دی سنجاب رکھے گا، اپنی دولت دی سنجاب رکھے گا، اپنی جاگیر دی سنجاب رکھے گا، او دا ذہن، او دی توجہ،
ਉਹਦਾ ਸਾਰਾ ਵਕਤ ਉਸ ਸਾਈਡ ਤੇ ਚੱਲੇਗਾ। ਉਹਨੂੰ ਕਿਹੜੀ ਲੋੜ ਹੈ ਕਿ ਤੁਸੀਂ ਮੇਰਾ ਦੀ ਪਹਿਚਾਣ ਕਰੇ। ਅੱਜ ਤੂੰ 15 ਸਾਲ ਪਿੱਛੇ ਚਲੇ ਜਾਓ, ਇਹ ਹਲਕਾ ਤੁਹਾਡੇ ਸਾਹਮਣੇ ਹਲਕਾ ਸੀ, ਉਦੋਂ ਵੀ ਇੱਥੇ ਲੋਕ MP MLA ਬਣਦੇ ਰਹਿਣ ਨਾ, ਉਹ ਕੋਈ ਲੋਕ ਬਣਦੇ ਰਹਿਣ ਨਹੀਂ ਬਣਦੇ ਰਹੇ। ਅੱਜ ਤੂੰ 15 ਸਾਲ ਪਹਿਲੇ ਇਸ ਹਲਕੇ ਦੀ ਕੀ ਹਾਲਤ ਆਈ, 15 ਸਾਲ ਪਹਿਲੇ ਔਰ ਅੱਜ ਦੇ ਹਲਕੇ ਤੁਹਾਨੂੰ ਕੋਈ ਫਰਕ ਨਜ਼ਰ ਆਉਂਦਾ ਨਹੀਂ ਆਉਂਦਾ? ਕਿਆ ਮੈਨੂੰ ਇਹ ਤੁਹਾਨੂੰ ਦੱਸਣ ਦੀ ਲੋੜ ਹੈ ਜਾਂ ਕਿਸੇ ਨੂੰ ਵੀ ਕਿ ਇਸ ਹਲਕੇ ਦੇ ਵਿੱਚ ਅਲਹਮਦੁਲਿਲਾ ਕੀ ਕੁਝ ਹੋਇਆ? ਕੋਈ ਹੈ ਜ਼ਰੂਰਤ ਮੇਰੇ ਭਾਈਓ? ਮੈਂ ਸਿਰਫ ਵੇਖਣਾ ਚਾਹੁੰਦਾ ਕਿ ਤੁਸੀਂ ਜਾਗ ਰਹੇ ਹੋ ਜਾਂ ਸੁੱਤੇ ਹੋਏ ਹੋ? ਜਾਗ ਰਹੇ ਹੋ ਨਾ? ਮੇਰੇ ਭਾਈਓ, ਸਾਡਾ ਸਿਆਸਤ ਸਿਰਫ ਇਹ ਮਕਸਦ ਸੀ, ਅਸੀਂ ਸਿਆਸਤ ਸਿਰਫ ਇਸ ਲਈ ਕੀਤੀ ਕਿ ਲੋਕਾਂ ਦੀ ਖਿਦਮਤ ਕੀਤੀ ਜਾਏ, ਇਲਾਕੇ ਦੇ ਹਾਲਾਤ ਬਦਲੇ ਜਾਵੇ, ਇਲਾਕੇ ਦੀ ਤਰੱਕੀ ਔਰ ਖੁਸ਼ਹਾਲੀ ਲਿਆਈ ਜਾਏ, ਲੋਕਾਂ ਨੂੰ ਦਰ ਬਦਰ ਸਿਆਸਤਦਾਨਾਂ ਦੇ ਬੂਹਾਂ ਤੇ ਨਾ ਫਿਰਨਾ ਪਵੇ, ਉਹਨਾਂ ਨੂੰ ਕਿਸੇ ਵੀ MP MLA ਨੂੰ ਮਿਲਣ ਵਾਸਤੇ ਕੋਈ ਸਿਫਾਰਿਸ਼ ਨਾ ਢੂੰਢਣੀ ਪਵੇ। ਇੱਥੇ ਕੀ ਸਿਆਸਤ ਦਾ ਚਲਨ ਸੀ ਕਿ ਲੋਕ ਜਾਂਦੇ ਸਨ, ਪਹਿਲੇ ਇੱਕ ਗੱਡੀ ਕਰਾਉਂਦੇ ਸਨ, ਫਿਰ ਇੱਕ ਸਿਫਾਰਿਸ਼ ਢੂੰਢਦੇ ਸਨ, ਫਿਰ ਉਹਨੂੰ ਲੈ ਕੇ ਉਸ ਸਿਆਸਤਦਾਨ ਕੋਲ ਜਾਂਦੇ ਸਨ, ਫਿਰ ਪਤਾ ਨਹੀਂ ਉਹ ਕਿਤਨਾ ਇੰਤਜ਼ਾਰ ਕਰਾਉਂਦਾ ਸੀ, ਉਸ ਤੋਂ ਬਾਅਦ ਵੀ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ। ਮੇਰੇ ਭਾਈਓ, ਮੈਨੂੰ ਸੀਰੀਅਸਲੀ ਸਿੰਸੀਅਰਲੀ ਤੁਸੀਂ ਇਹ ਦੱਸਣਾ ਹੈ ਤਾਂ ਕਿ ਮੈਨੂੰ ਪਤਾ ਚੱਲ ਜਾਵੇ ਕਿ ਮੈਂ ਜੋ ਤੁਹਾਡੀ ਖਿਦਮਤ ਕੀਤੀ ਹੈ, ਜੋ ਮੈਂ ਜ਼ੇਨ ਲੈ ਕੇ ਚੱਲਿਆ, ਮੈਂ ਉਸ ਕਿਸ ਹੱਦ ਤੱਕ ਕਾਮਯਾਬ ਹੋਇਆ? ਕਿਆ ਮੈਂ ਸਿਫਾਰਿਸ਼ ਦਾ ਕਲਚਰ ਸਿਆਸਤ ਨੂੰ ਖਤਮ ਕੀਤਾ ਨਹੀਂ ਕੀਤਾ? ਇਹ ਤੁਸੀਂ ਮੈਨੂੰ ਦੱਸਣਾ ਹੈ। ਕਿਆ ਕਿਸੇ ਵੀ ਆਮ ਆਦਮੀ ਨੂੰ ਤੁਹਾਡੇ ਉਮੀਦਵਾਰ ਨੂੰ ਮਿਲਣ 'ਚ ਕਦੀ ਕੋਈ ਤਕਲੀਫ ਦੁਸ਼ਵਾਰੀ ਹੋਈ ਹੈ? ਔਰ ਜਿਹੜਾ ਮੇਰੇ ਬੱਸ 'ਚ ਕੰਮ ਸੀ, ਕਿਆ ਮੈਂ ਉਹ ਕਰਕੇ ਤੁਹਾਨੂੰ ਘਰ ਦੱਸਿਆ ਨਹੀਂ ਦੱਸਿਆ? ਮੇਰੇ ਭਾਈਓ, ਇਹੀ ਸਿਆਸਤ ਦੇ ਸਾਡਾ ਮਿਸ਼ਨ ਸੀ, ਇਹੀ ਸਿਆਸਤ ਦੇ ਸਾਡਾ ਅਜ਼ਮ ਸੀ। ਤੁਸੀਂ ਜਾਓ, ਫੈਸਲਾਬਾਦ 'ਚ ਫਿਰੋ, ਟੋਬੇ 'ਚ ਫਿਰੋ, ਕਿਸੇ ਦੂਸਰੇ ਜ਼ਿਲ੍ਹੇ 'ਚ ਚਲੇ ਜਾਓ, ਆਪਣੇ ਆਸ ਪਾਸ ਦੇ ਕਿਸੇ ਜ਼ਿਲ੍ਹੇ 'ਚ ਚਲੇ ਜਾਓ, ਉਹ ਲੋਕ ਬਹਿ ਕੇ ਗੱਲਾਂ ਕਰਦੇ ਨੇ, ਉਹ ਅਲਹਮਦੁਲਿਲਾ ਤੁਹਾਡੇ ਕੈਂਡੀਡੇਟ ਦੀਆਂ ਮਿਸਾਲਾਂ ਦਿੰਦੇ ਨੇ, ਉਹ ਕਹਿੰਦੇ ਨੇ ਕਿ ਯਾਰ ਤੁਹਾਡਾ ਕੈਂਡੀਡੇਟ, ਮੈਂ ਹੁਣ ਆਪਣੇ ਮੂੰਹ ਨਾਲ ਕੀ ਆਖਾਂ, ਉਹ ਕਹਿੰਦੇ ਨੇ ਕਿ ਤੁਹਾਡਾ ਕੈਂਡੀਡੇਟ ਇੱਕ ਸ਼ਰੀਫ ਆਦਮੀ ਹੈ, ਉਹ ਅਲਹਮਦੁਲਿਲਾ ਇਹ ਕੰਮ ਕਰਨ ਵਾਲਾ ਆਦਮੀ ਹੈ, ਉਹ ਕਦੀ ਵੀ ਨਹੀਂ ਇਹ ਕਹਿੰਦੇ ਕਿ ਇਹ ਕੋਈ ਗੈਰ ਹਾਜ਼ਰ ਕੈਂਡੀਡੇਟ ਹੈ ਜਾਂ ਇਹਨੇ ਹਲਕੇ ਦੇ ਵਿੱਚ ਕੰਮ ਨਹੀਂ ਕਰਵਾਏ। ਮੇਰੇ ਭਾਈਓ, ਇਹ ਸੜਕ ਤੁਹਾਡੇ ਸਾਹਮਣੇ ਪਈ ਹੈ, ਵੇਖ ਰਹੇ ਹੋ ਨਾ? ਵਾੜਾ ਪੈਸਰਾ ਰੋਡ ਵੇਖ ਰਹੇ ਹੋ ਨਾ ਜਾਂ ਨਹੀਂ ਵੇਖ ਰਹੇ? ਇਹ ਮੈਂ ਇਕੱਲੇ ਦੀ ਸੜਕ ਨਹੀਂ ਹੈ, ਇੱਥੇ ਇਸ ਸੜਕ ਤੇ ਹੋਰ ਵੀ MP MLA ਦੇ ਹਲਕੇ ਹੈਨ, ਕੋਈ ਨਹੀਂ ਹੈ? ਕਿਸੇ ਨੂੰ ਅੱਲਾਹ ਤਾਲਾ ਨੇ ਤੌਫੀਕ ਦਿੱਤੀ? ਕਿਤਨੇ ਬਦਤਰ ਸੜਕ ਦੇ ਹਾਲਾਤ ਹੈ, ਇਹ ਸਾਡੀ ਪਿੱਛੇ ਵੀ ਇੱਕ ਸੜਕ ਪਈ ਹੈ, ਪਤਾ ਹੈ ਨਾ ਤੁਹਾਨੂੰ, ਗਵਾੜੇ ਚੋਂ ਨਿਕਲ ਕੇ ਫੈਸਲਾਬਾਦ ਜਾ ਰਹੀ ਹੈ, ਉਸ ਸੜਕ ਤੇ ਕੋਈ ਸਾਈਕਲ ਵਾਲਾ ਵੀ ਜਾਂਦਾ? ਉੱਥੇ ਕੌਣ ਕੌਣ ਨੁਮਾਇੰਦੇ ਨੇ? ਉੱਥੇ ਵੀ ਇਹ ਇੰਪੋਰਟੈਂਟ ਨੁਮਾਇੰਦੇ ਨੇ ਜਿਹੜੇ ਇੱਥੇ ਹੁਣ ਸਾਡੇ ਕੋਲ ਆ ਗਏ। ਇਹ
मेरे भाईओ, मैं तुहाडे सामने एक गल्ला करन दा मकसद सिर्फ और सिर्फ यह है कि तुहानू यह पता चल जाए कि तुहाडा हकीकी तर्जुमान कौन है। वोट कोई मामूली चीज नहीं है, वोट बहुत अहम चीज है। वोट ते हकूमतां बनदियां ने और उन्हां हकूमतां नाल पॉलिसियां चलदियां ने, तुहाडे मामलात चलते ने, तुहाडे इलाके की तरक्की के मामलात उहदे नाल वाबस्ता ने, साडे नौजवानों दीआं नौकरियां दे मामलात उहनां नाल वाबस्ता ने, साडे जाती मामलात उहनां नाल वाबस्ता ने। ठीक है ना जी? ते तुहानूं इस वास्ते पता होना चाहिए कि असीं किस बंदे नूं वोट पा रहे हैं और जिस नूं असीं वोट पा रहे हैं वो साडे नाल कितनी हमदर्दी रखता है, क्योंकि साडे बहुत सारे साडे दोस्त ने जिन्हां नूं लोग वरगला लैंदे ने, चक्कर दे लैंदे ने, कहानियां सुना के उन्होंने होर और तरह गल्लां दस देंदे ने। तो मेरे भाइयों, तुहाडे सामने सिर्फ एक चीज होनी चाहिए है कि नुमाइंदा कौन होना चाहिए है, उहदे की काम होने चाहिए ने, उन्हूं की काम करने चाहिए ने। मेरे भाइयों, असीं अलहमदुलिल्लाह साडा जमीर मुतमैन ने, साडा ज़हन मुतमैन ने कि असीं तुसीं आवाम की खिदमत की है, दिन रात खिदमत की है, 365 दिन खिदमत की है। मेरे भाइयों, मैं जिस दिन का सियासत आया, यकीन कर जाओ मेरी कोई जाती दोस्ती नहीं है, मेरिया सारिया जाती दोस्तियां उस दिन तो खत्म हो चुकी ने। मैं कभी किसी इलाके सैर सपाटे वास्ते नहीं गया, मैं कभी किसी नु जाती हसीयत वास्ते नहीं मिलन गया। मैं 365 दिन अलहमदुल्ला तुसा वास्ते वक्त किए होने, मैं दिन रात तुहाडी हाजरी वास्ते बैठा। दिन नु आओ, रात नु आओ, ईद नु आओ, शबरात नु आओ, इतवार नु आओ, लोग इतवार की छुट्टी करते ने, यकीन कर जाओ साडा इतवार का दिन सब तो मसरूफ तरीन दिन होता है। असी अलहमदुल्ला समझने हैं, क्यों समझने हैं कि असी तुहाडे विचों आए हैं, तुहाडे तबके दे लोग हैं, असी कोई बड़े लोग नहीं हैं। जे असी भी बड़े बंदे होंगे तो शायद तुहानू इस तरह ही असी भी बिहेव करते जिवें बाकी लोग करते हैं। बाकी मेरे भाइयों, एक मैं चीज तुहाडे सामने होर रखना चाहना, तुसी मैं सही सही सोच रहा था, तुसी पहले भी हो सी क्या खैर आले तू लग के और सिलाड़ी तक किसे कौम किसे बिरादरी का कोई बंदा साड़ी नुमाइंदगी करन दा अहल नहीं है? कोई बंदा इत्थे है जिहड़ी साड़ी नुमाइंदगी कर सकता है या नहीं कर सकता? है ना लोग इत्थे, की जरूरत पै गई बाहरों उम्मीदवार इंपोर्ट करन दा, की जरूरत पै गई है? और वो भी 80 साल दा उम्मीदवार। मेरे भाइयों, क्यों जरूरत पै गई है उस गल की? बाहरों उम्मीदवार इंपोर्ट करने की क्यों जरूरत पै गई है? महज इस वजह तो चंद मफाद परस्त लोग उन्होंने मफाद नहीं सन पूरे हो, उन्होंने साढ़े आवाम साढ़े गरीब आवाम कोई दिलचस्पी नहीं, वो सिर्फ अपना फायदा चाहते हैं। और मैं तुम दसो, सारे बादशाह लोग खड़े हो कि मां सिवाय चंद एक थाने के टाउट पैदा करन दे इस इलाके चीता की है? यार मैं दसो ना, अगर मैं गलत बयान नहीं कर रहा तो मैं दस दो कि यार तू झूठ बोल रहा है, तू सही गल नहीं कर रहा। मां सिवाय दो चार थाने के टाउटा तो इलावा इस इलाके नु की मिलया है? ए नाल तुहाडे एमएनए दा हलका है खालिद बड़ाई साहब दा, मैं ना लैण ते मजबूर हाँ, 60 पिंडां नु उन्हें इस दौरे हुकूमत दी गैस दित्ती है। कितने पिंडां नु? 60 पिंडां नु। साडे कोल 15 सालां दा एक गुआणा शहर दा मनसूबा चल रहा है, एक यूनियन काउंसल नहीं है पूरा गुआणा शहर, 15 सालों की गैस चल रही है पूरे शहर च और अजे तक मुकम्मल नहीं हुई। क्यों नहीं हुई मेरे भाइयों? क्या मेरा यह हक नहीं है? क्या यह तुहाडा यह हक नहीं है कि जिन्हें लोगों ने असं वोट देते रहे उन्होंने को पूछिए क्या साड़ी जरूरत है, क्यों नहीं पूरी की गई? तो मेरे भाइयों, इन चीज़ों को समझ जाओ, वो सिर्फ जो एक मैं तो अगर अर्ज की जो एक मफाद परस टोला है वो अपना एक तसल्लुत कायम रखना चाहता है, वो सानू तुहानू वेचना चाहता है, बेच के सिर्फ
सिर्फ और सिर्फ अपनी अजीबदारी कायम करना चाहते ने। इस तू इलावा उन्हांदा और उन्हांदे लीडरां दा सियासत दे होर कोई मकसद नहीं रह गया और मैनू अलहमदुलिल्ला कोई 1% भी नहीं शक, मैनू 1% भी नहीं शक। ऐ मैं अलहमदुलिल्ला इतने लोग वेख रहे हैं इतनी शदीद गर्मी दे विच, इंशाअल्लाह मेरे अल्लाह दे हुक्म और फजल नाल इंशाअल्लाह 25 तारीख नूं जित तुहाडी है। अपने कदमां ते चल के आयो ना, मेरी मुहब्बत ते आयो ना, और मैं तुहाडी इस मुहब्बत दा शुक्रिया नहीं अदा कर सकदा। मेरे भाइयो इस हद तक मुमकिन सी असी अलहमदुल्ला थोड़ी खिदमत की है, मैं इस चीज़ का एहसास है कि कुछ चीज़ें रह गई उस यकीनन बेहतरी की गुंजाइश हर वेले मौजूद रहती है। इंशाअल्लाह जेडियां चीज़ां बाकी ने सारा कुछ नवे एरिए लड़े ने, कुछ नवा हलका भी अटैच होया है, उत्थे भी बहुत ज़्यादा बैरूनियां ने असी जाके वेखिया ने, उन्होंने सड़कों के वह हाल नहीं है जड़िया थोड़िया सड़क, मतलब जिस तरीके थोड़िया सड़क बनिया ने ना उधर भी जाके वेखो ना किसी जगह से थानू कोई अच्छी सड़क नजर आती है। कोई थानू उस तरह का मनसूबा उत्थे नजर आता है? अलहमदुलिल्लाह मैं पार भी गया, मैं सारा पार भी फिर के आया। मेरे भाइयो वो इस तरह ही है जिमें मतलब 15 साल पहले साडा हलका सी ना, जो साढ़े जो पोसीदा सड़कां स्कूलों का कोई हाल नहीं, हस्पतालों का कोई हाल नहीं, यकीन कर लो तुम उस हल्के जाओ तुम जाके वेखो तुम मालूम होंगे अभी 1947 आ गए, कोई मतलब किसी तरह का कोई तो काम होया ही नहीं है अज तक। तो मेरे भाइयो जड़िया कमियां कोताइया रह गई ने इंशाला वो भी थोड़िया पूरिया करांगे, इंशाला करांगे, क्योंकि ये जो तरक्की का अमल है जरा बेहतरी का अमल है ये कभी भी नहीं रोक सकता, ये इंशाला जारी सारी रहा है। बाकी एक लोग मनफी किस्म का प्रोपोगंडा फैला रहे हैं, साढ़े सादे लो लोगों बरगलावन की कोशिश कर रहे हैं कि जी पता नहीं की हो जाना है, मुस्लिम लीग नू शायद हुकूमत नहीं मिली, तुम इस तरह दो गल करते हैं ना, तुम दसते हो सन। मेरे भाईओ ये 200% झूठ से बकरी गल, इन्हों गलों के 1% भी हकीकत नहीं जे। मैं तुम छोटी जी गल दस देना थोड़ी समझ च आ जाएगी, जी सा असैम्बली खत्म हुई है ये 372 MPA 371 MPA का हाउस सी, ये 330 MPA जोड़े है सन वो मुस्लिम लीग नून दे है सन, 40 MPA सारिया जमातों का विचे PTI विचे पीपल्स पार्टी विचे क्वाफ लीग और आजाद भी उम्मीदवार है सन। अलहमदुलिल्लाह कोई उन्नत कमी नहीं है, वो मेंबर उस तरह स्टैंड पे करते हैं, तो इंशाल्लाह मैनू अपने अल्लाह ताला ते पूरा यकीन है कि इंशाल्लाह हुकूमत तुहाडी बनी और उसका सबूत ਉਹਦਾ ਸਬੂਤ ਤੁਸੀਂ ਪਰਸੋਂ ਵੇਖ ਨਹੀਂ ਲਿਆ, ਜਿਹੜਾ ਜੰਗ ਹੈ ਜਲਸਾ ਹੋਇਆ ਹੈ ਜਿੱਥੇ PTI ਦੇ ਲੀਡਰ ਸਾਹਿਬ ਤਸ਼ਰੀਫ ਲੈ ਕੇ ਆਏ ਹੋਏ ਹਨ, ਖਾਲੀ ਕੁਰਸੀਆਂ ਨੂੰ ਖਿਤਾਬ ਕਰਕੇ ਗਏ ਨੇ, ਬਾ ਖੁਦਾ ਉਸ ਜਲਸੇ ਨਾਲੋਂ ਤਾਂ ਕਈ ਗੁਣਾ ਹੈ ਵੱਡਾ ਜਲਸਾ ਖੜਾ। ਤੁਹਾਡੀ ਤਾਦਾਦ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ, ਅਤੇ ਮੇਰੇ ਭਾਈਓ ਫਿਰ ਆਵਾਮੀ ਮਕਬੂਲੀਅਤ ਕਿੱਥੇ ਹੈ, ਲੋਕ ਕਿਸ ਨੂੰ ਚਾਹ ਰਹੇ ਨੇ, लोग किस वोट देना चाह रहे हैं, लोग अलहमदुलिल्लाह तुहानू वोट देना चाह रहे हैं, तुहाडी पार्टी नू वोट देना चाह रहे हैं, मैनू यकीन कर जाओ डेली कई लोग राबता करते हैं, मैनू लोग मैसेज करते हैं, फोन करते हैं, मैनू पैसे मिलते हैं और मेरे मुंह ते कहते हैं, यकीन कर जाओ कई तो मैं नीतू तक आख देते यार तैनू नहीं असले शेर नू वोट दे रहे। अलहमदुलिल्लाह दिन ब दिन जी सा पार्टी है वह ग्राफ अलहमदुल्ला अल्लाह तला के फजलो करम दिन ब दिन ग्राफ बहुत बेहतर हो रहा है, बहुत उपर जा रही है। और वेखो ना एक चीज़ तो साबित हो गई है, तुम सारे TV रेडियो अखबार सारे पढ़ते हो,
ਕਿਸੇ ਬੰਦੇ ਨੇ ਕਿਸੇ ਮੁਬੱਸਰ ਨੇ ਅੱਜ ਤੱਕ ਇਹ ਗੱਲ ਕੀਤੀ ਹੈ ਕਿ ਪੀਟੀਆਈ ਜਿਹੜੀ ਹੈ ਉਹ ਸਿੰਗਲ ਪਾਰਟੀ ਹਕੂਮਤ ਬਣਾ ਲੈਗੀ? ਕਿਸੇ ਮੁਬੱਸਰ ਨੇ ਅੱਜ ਤੱਕ ਇਹ ਗੱਲ ਕੀਤੀ ਹੈ? ਹਰ ਬੰਦਾ ਇਹ ਕਹਿ ਰਿਹਾ ਕਿ ਹਕੂਮਤ ਜਿਹੜੀ ਉਹ ਮਖਲੂਕ ਬਣੇਗੀ, ਠੀਕ ਹੈ ਨਾ ਜੀ? ਔਰ ਉਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਅਗਲੀ ਗੱਲ ਦੱਸ ਦਿੰਦਾ ਕਿ ਜਿਹੜੀ ਉਹ ਮਖਲੂਕ ਹਕੂਮਤ ਬਣੇਗੀ ਜਦੋਂ ਇਲੈਕਸ਼ਨ ਹੋ ਜਾਣਗੇ, ਜਿਹੜੀ ਪਾਰਟੀ ਅਕਸਰੀਅਤ ਲੈ ਕੇ ਆਏਗੀ ਪੂਰੇ ਮੁਲਕ ਦੇ ਵਿੱਚੋਂ, ਉਹ ਪਾਰਟੀ ਵੀ ਇਨਸ਼ਾਅੱਲਾ ਮੁਸਲਿਮ ਲੀਗ ਨੂਨ ਹੋਏਗੀ, ਦੂਸਰੀ ਕੋਈ ਪਾਰਟੀ ਨਹੀਂ ਹੋਏਗੀ। ਅਤੇ ਮੇਰੇ ਭਾਈਓ, ਇਹ ਤੁਸੀਂ ਲੋਕ ਸਾਬਿਤ ਕਰਦੇ ਹੋ, ਤੁਸੀਂ ਵੋਟ ਪਾਉਂਦੇ ਹੋ। ਜਿਸ ਉਮੀਦਵਾਰ ਨੂੰ ਤੁਸੀਂ ਵੋਟ ਪਾਉਣਾ, ਉਸਨੇ ਇਨਸ਼ਾਅੱਲਾ ਅਸੈਂਬਲੀ ਜਾਣਾ। ਜਿਸ ਨੂੰ ਤੁਸੀਂ ਵੋਟ ਨਹੀਂ ਪਾਉਣਾ, ਉਹਨੇ ਹਾਰ ਜਾਣਾ। ਜੇ ਸਿੰਪਲ ਜਿਹਾ ਆ ਅਸੂਲ, ਜੇ ਠੀਕ ਹੈ ਨਾ ਜੀ। ਇਸ ਤੋਂ ਇਲਾਵਾ ਬਾਕੀ ਜਿਹੜੀਆਂ ਸਾਰੀਆਂ ਅਫਵਾਹਾਂ ਚੱਲ ਰਹੀਆਂ ਨੇ, ਅਤੇ ਉਹ ਲੋਕ ਚਲਾ ਰਹੇ ਨੇ ਜਿਹਨਾਂ ਨੂੰ ਪਤਾ ਲੱਗ ਗਿਆ 25 ਤੋਂ ਪਹਿਲਾਂ ਹੀ ਪਤਾ ਲੱਗ ਗਿਆ ਕਿ ਉਹ ਇਲੈਕਸ਼ਨ ਹਾਰ ਗਏ। ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਹੈ, ਲੋਕਾਂ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ ਹੈ। ਤੋ ਯਕੀਨ ਕਰੋ, ਮੈਨੂੰ ਇੱਥੇ ਪਿੰਡਾਂ ਦੇ ਪਿੰਡ ਦੱਸਦੇ ਨੇ ਕਿ ਉਹ ਗਏ ਨੇ, ਲੋਕਾਂ ਨੇ ਉਹਨਾਂ ਨੂੰ ਬਿਠਾਇਆ ਤੱਕ ਨਹੀਂ ਹੈ। ਵੋਟ ਦੇਣਾ ਤਾਂ ਦੂਰ ਦੀ ਗੱਲ ਹੈ, ਅਤੇ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਲੋਕ ਉਹਨਾਂ ਨੂੰ ਪਸੰਦ ਨਹੀਂ ਕਰ ਰਹੇ, ਲੋਕ ਉਹਨਾਂ ਨੂੰ ਵੋਟ ਨਹੀਂ ਦੇਣਾ ਚਾਹ ਰਹੇ। ਜਿਸ ਵਜ੍ਹਾ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਇਹਨਾਂ ਗੱਲਾਂ ਦੇ ਵਿੱਚ ਕੋਈ ਹਕੀਕਤ ਨਹੀਂ ਹੈ। ਇਹ ਜਿਹੜਾ ਤੁਹਾਡਾ ਇਲੈਕਸ਼ਨ ਹੋਣ ਜਾ ਰਿਹਾ ਨਾ ਮੇਰੇ ਭਾਈਓ, ਇਹ ਪਾਕਿਸਤਾਨ ਦੀ ਤਾਰੀਖ ਦਾ ਮਹਿੰਗਾ ਤਰੀਨ ਇਲੈਕਸ਼ਨ ਹੈ। ਸਭ ਤੋਂ ਜ਼ਿਆਦਾ ਆਖਰਾ ਜਾ ਕੇ ਇਸ ਇਲੈਕਸ਼ਨ 'ਤੇ ਹੋ ਰਹੇ ਨੇ, ਕਿਉਂ ਹੋ ਰਹੇ ਨੇ? ਇਸ ਇਲੈਕਸ਼ਨ ਨੂੰ ਸ਼ਫਾਫ ਤਰੀਨ ਬਣਾਉਣ ਵਾਸਤੇ, ਤਾਂ ਕਿ ਕੱਲ੍ਹ ਉਹ 'ਤੇ ਕੋਈ ਇੰਗਲੀ ਨਾ ਉਠਾ ਸਕੇ। ਪੂਰੀ ਦੁਨੀਆ 'ਚੋਂ ਅਬਜ਼ਰਵਰ ਆ ਰਹੇ ਨੇ ਜਿਹੜਾ ਕਿ ਤੁਹਾਡੇ ਇਲੈਕਸ਼ਨ ਨੂੰ ਅਬਜ਼ਰਵ ਕਰਨਗੇ। ਉਹਨਾਂ ਨੇ ਮੀਡੀਆ ਨੂੰ, ਪ੍ਰੈਸ ਨੂੰ ਪੋਲਿੰਗ ਸਟੇਸ਼ਨ ਦੇ ਅੰਦਰ ਪਹਿਲੀ ਦਫ਼ਾ ਰਸਾਈ ਦੇ ਦਿੱਤੀ ਹੈ ਕਿ ਕੈਮਰੇ ਨਾਲ ਜਾ ਕੇ ਉਹ ਪੋਲਿੰਗ ਸਟੇਸ਼ਨ ਦੇ ਅੰਦਰ ਜਾ ਕੇ ਉਹਦੀ ਕਵਰੇਜ ਕਰਨਗੇ। ਕਿ ਆ ਤੁਹਾਡਾ ਪ੍ਰਿਜ਼ਾਈਡਿੰਗ ਅਫੀਸਰ ਹੈ, ਉਹਨਾਂ ਨੇ ਕਿਹਾ ਕਿ ਜਦੋਂ ਤੂੰ ਪੱਕਾ ਰਿਜ਼ਲਟ ਬਣਾ ਲੈਣਾ ਹੈ ਨਾ, ਉਹਨੂੰ ਇੱਕ ਮਿੰਟ ਦੇ ਵਿੱਚ ਇੱਕ ਮਿੰਟ ਹੀ ਤੂੰ ਉਹਦੀ ਫੋਟੋ ਖਿੱਚ ਕੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਅਪਲੋਡ ਕਰਨੀ ਹੈ, ਤਾਂ ਕਿ ਕੋਈ ਇਹ ਗੱਲ ਕਰ ਹੀ ਨਾ ਸਕੇ, ਕੋਈ ਸੋਚ ਹੀ ਨਾ ਸਕੇ, ਉਸ ਰਿਜ਼ਲਟ ਨੂੰ ਬਦਲਣਾ ਕੋਈ ਤਰੀਕਾਕਾਰ ਬਣ ਹੀ ਨਾ ਸਕੇ। ਇਸ ਵਾਸਤੇ ਇਸ ਇਲੈਕਸ਼ਨ ਵਿੱਚ ਜਿਹੜਾ ਧਾਂਦਲੀ ਹੈ, ਉਹਦਾ ਕੋਈ ਮਨਸੂਬਾ ਨਹੀਂ, ਕੋਈ ਮਨਸੂਬਾ ਨਹੀਂ। ਇਹ ਜਿਹੜੇ ਲੋਕ ਗੱਲਾਂ ਕਰ ਰਹੇ ਨਾ ਮੇਰੇ ਭਾਈਓ, ਯਕੀਨ ਕਰ ਦਿਓ, ਮੈਂ ਤੁਹਾਨੂੰ ਇਹ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ, ਮੈਂ ਤੁਹਾਨੂੰ ਇਹ ਕੋਈ ਮਤਲਬ ਸਟੇਜ 'ਤੇ ਖੜੇ ਹੋ ਕੇ ਨਾਰੇਬਾਜ਼ੀ ਵਾਲੀ ਗੱਲ ਨਹੀਂ ਕਰ ਰਿਹਾ। ਯਕੀਨ ਕਰ ਜਾਓ ਮੇਰੇ ਅੱਲਾਹ ਤਾਲਾ ਦੇ ਫਜ਼ਲ ਓ ਕਰਮ ਨਾਲ, ਔਰ ਤੁਸਾਂ ਲੋਕਾਂ ਦੇ ਇਤਿਹਾਦ ਨਾਲ, ਤੁਸਾਂ ਲੋਕਾਂ ਦੀ ਯਕਜਹਿਤੀ ਨਾਲ ਇਹ ਚੀਜ਼ ਸਾਬਿਤ ਹੋ ਗਈ ਹੈ ਕਿ ਇਲੈਕਸ਼ਨ ਹਾਰ ਗਏ, ਅੱਜ ਹੀ ਹਾਰ ਗਏ ਨੇ। 25 ਤਰੀਕ ਨੂੰ ਤਾਂ ਇਨਸ਼ਾਅੱਲਾ ਫੈਸਲਾ ਹੋਣਾ ਹੀ ਹੋਣਾ। ਅਤੇ ਮੇਰੇ ਭਾਈਓ, ਇਹ ਮੁੱਖ ਸਨ ਮੇਰੀਆਂ ਗੁਜ਼ਾਰਿਸ਼ਾਂ ਸਨ। ਬਾਕੀ ਮੈਂ ਇਖਤਤਾਮ 'ਤੇ ਤਮਾਮ ਜਿਹੜੇ ਮੇਰੇ ਅਹਿਬਾਬ, ਮੇਰੇ ਦੋਸਤ, ਮੇਰੇ ਬਜ਼ੁਰਗ, ਜਿਨ੍ਹਾਂ ਨੇ ਇਸ ਪੁਰਜੋਸ਼ ਤਰੀਕੇ ਨਾਲ ਇਸ ਜਲਸੇ ਦੇ ਵਿੱਚ ਸ਼ਿਰਕਤ ਕੀਤੀ ਹੈ, ਯਕੀਨ ਕਰੋ ਮੇਰੇ ਕੋਲ ਅਲਫਾਜ਼ ਨਹੀਂ। ਮੈਂ ਤੁਸਾਂ ਲੋਕਾਂ ਦਾ ਸ਼ੁਕਰੀਆ ਨਹੀਂ ਅਦਾ ਕਰ ਸਕਦਾ। ਔਰ ਮੈਂ ਗੱਡੀ 'ਚ ਆ ਰਿਹਾ ਸਾਂ, ਮੇਰੇ ਇੱਕ ਦੋਸਤ ਨੇ, ਵਕੀਲ ਸਾਹਿਬ ਨੇ, ਗੁਆਂਢੇ ਸ਼ਹਿਰ ਦੇ ਰਹਿਸ਼ੀ ਨੇ, ਉਹਨਾਂ ਨੇ ਸਾਡੀ ਗੱਡੀ ਨੂੰ ਕ੍ਰੋਸ ਕੀਤਾ। ਕ੍ਰੋਸ ਕਰਕੇ ਜਿਸ ਲਈ ਅੱਗੇ ਉਹਨਾਂ ਨਾਲ ਬੱਚੇ ਹੈ ਸਨ, ਫੈਮਲੀ ਹੈ ਸੀ, ਅੱਗੇ ਜਾ ਕੇ ਮੈਨੂੰ ਨਾ ਫੋਨ ਕੀਤਾ ਅਤੇ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਿ ਭਾਈ ਜਾਨ, ਮੈਂ ਲੋਕਾਂ ਦਾ ਜੰਮੇ ਗਫੀਰ ਵੇਖ ਹੀ ਜਾਂਦਾ, ਮੈਂ ਤੈਨੂੰ ਐਡਵਾਂਸ ਮੁਬਾਰਕਬਾਦ ਦੇ। ਇਸ ਵਾਸਤੇ ਮੈਂ ਉਸ ਆਪਣੇ ਭਾਈ ਦੀ ਕਹੀ ਹੋਈ ਗੱਲ ਤੁਹਾਡੇ ਤੇ ਪਹੁੰਚਾਉਣਾ, ਔਰ ਅਲਹਮਦੁਲਿਲਾ ਮੇਰੇ ਅੱਲਾਹ ਤਾਲਾ ਦੇ ਫਜ਼ਲ ਓ ਕਰਮ ਦੇ ਬਾਅਦ ਮੈਂ ਤੁਹਾਨੂੰ ਐਡਵਾਂਸ ਮੁਬਾਰਕਬਾਦ ਦੇ ਇਨਸ਼ਾਅੱਲਾ ਮੇਰੇ ਹੁਕਮ ਦੇ, ਮੇਰੇ ਅੱਲਾਹ ਦੇ ਹੁਕਮ ਦੇ ਨਾਲ, ਮੇਰੇ ਅੱਲਾਹ ਤਾਲਾ ਦੇ ਫਜ਼ਲ ਓ ਕਰਮ ਦੇ ਨਾਲ ਇਨਸ਼ਾਅੱਲਾ ਜੇ ਤੁਹਾਡੀ ਏ ਇਸ ਤੇ ਕੋਈ 1% ਵੀ ਸ਼ੱਕ। ਅਤੇ ਜਿਹੜੇ ਸਾਡੇ ਜਿਹਨਾਂ ਦੋਸਤਾਂ ਨੇ, ਮੇਰੇ ਜਿਹਨਾਂ ਨੌਜਵਾਨ ਦੋਸਤਾਂ ਨੇ ਜਿਤਨੀ ਬਾਜ ਦੌੜ ਕੀਤੀ ਅੱਜ ਦੇ ਜਲਸੇ ਵਾਸਤੇ, ਇਸ ਜਲਸੇ ਨੂੰ ਖੂਬਸੂਰਤ ਬਣਾਉਣ ਵਾਸਤੇ, ਜੋ ਇਤਨੇ ਅੱਛੇ ਉਹਨੇ ਇੰਤਜ਼ਾਮਾਤ ਕੀਤੇ ਨੇ, ਜੋ ਜਿਸ ਪੁਰਜੋਸ਼ ਤਰੀਕੇ ਨਾਲ ਉਹਨਾਂ ਸਾਨੂੰ ਵੈਲਕਮ ਕੀਤਾ, ਜਿਸ ਤਰੀਕੇ ਨਾਲ ਉਹਨਾਂ ਤੁਹਾਡੀ ਤਵਾਜ਼ੋ ਕੀਤੀ ਹੈ, ਤੁਹਾਨੂੰ ਬਿਠਾਇਆ, ਜਿਸ ਤਰੀਕੇ ਨਾਲ ਉਹਨਾਂ ਤੁਹਾਨੂੰ ਸਰਵ ਕੀਤਾ, ਮੈਂ ਉਹਨਾਂ ਨੂੰ ਆਪਣੇ ਦਿਲ ਦੀ ਅਥਾਹ ਗਹਿਰਾਈਆਂ ਤੋਂ ਮੁਬਾਰਕਬਾਦ ਪੇਸ਼ ਕਰਾਂ। ਉਹਨਾਂ ਨੇ ਮਾਸ਼ਾਅੱਲਾ ਇੱਕ ਇੰਤਹਾਈ ਖੂਬਸੂਰਤ
और इंतहाई कामयाब जलसे का इनकाद कराया है। बहुत ज्यादा मुबारकबाद, बहुत ज्यादा मुबारक।